ਠੀਕ ਹੈ ਜੋ ਵੀ ਹੈ ਵੀ ਜਿਹੜਾ ਸਾਊਦੀ ਅਰਬ ਦਾ ਨਿਜ਼ਾਮ ਹੈ ਇਹਨੇ ਦੱਸਿਆ ਮੈਨੂੰ ਬਾਈ ਨੇ ਵੀ ਉਹਦੇ ਵਿੱਚ ਜੇ ਸਾਊਦੀ ਮਰਦਾ ਤਾਂ ਪਤਾ ਜੀ 2,78,000 ਸਾਊਦੀ ਰਿਆਲ ਹੈ ਠੀਕ ਹੈ ਅਤੇ ਜੇ ਉਹ ਬੰਦਾ ਆਪਣੇ ਕੋਲੇ ਜਾਣੀ ਕਿ ਆਪਣੇ ਤੋਂ ਕਤਲ ਹੋ ਗਿਆ ਕਤਲ ਹੋ ਗਿਆ ਮੰਨ ਲਿਆ ਉਹ ਜਿਹੜਾ ਸਾਊਦੀ ਬੰਦਾ ਮਰੂਗਾ ਉਹਦੇ ਵਾਸਤੇ ਆਪਣੇ ਕੋਲ 3 ਤੋਂ 5 ਲੱਖ ਰਿਆਲ ਹੈ 3 ਤੋਂ 5 ਲੱਖ ਰਿਆਲ ਜਾਣੀ ਮਤਲਬ ਲਾ ਲਓ ਵੀ 56 ਕੁ ਲੱਖ ਦੇ ਕਰੀਬ ਬਣਦਾ ਉਹ ਇਹ ਮੇਰਾ ਦੋਸਤ ਹੈ ਇਹਨੇ ਇਹ ਗੱਲ ਕਹੀ ਆ ਵੀ ਅਸੀਂ ਹਕੂਮਤ ਦੇ ਹਿਸਾਬ ਨਾਲ ਜੋ ਵੀ ਹੈਗਾ ਵੀ ਉਨੇ ਪੈਸੇ ਲਏ ਜਾ ਸਕਦੇ ਨੇ 1,90,00,000 ਕਿਸੇ ਹਿਸਾਬ ਨਾਲ ਵੀ ਨਹੀਂ ਬਣਦਾ ਜਿਹੜਾ ਮਸਰੀ ਮੰਗਦੇ ਨੇ ਜਾਂ ਜਿੱਥੋਂ ਦਾ ਵੀ ਹੋਗਾ ਉਹ ਇੰਨਾ ਪੈਸਾ ਮੰਗ ਹੀ ਨਹੀਂ ਸਕਦੇ ਹਕੂਮਤ ਦੇ ਹਿਸਾਬ ਨਾਲ ਹੀ ਨਹੀਂ ਮੰਗ ਸਕਦੇ ਠੀਕ ਹੈ ਅਤੇ ਬਾਕੀ ਉਹ ਬੰਦੇ ਦਾ ਜਿਹੜੀ ID ਨੰਬਰ ਹੈ ਬਾਈ ਕਹਿੰਦਾ ਮੈਨੂੰ ਦਿਓ ਮੇਰਾ ਜਿੱਥੇ ਵੀ ਉਹ ਬੰਦਾ ਹੈਗਾ ਮੈਂ ਆਪੇ ਪੁਲਿਸ ਦੇ ਵਿੱਚ ਜਾ ਕੇ ਅਤੇ ਮੈਂ ਉਹਨੂੰ ਉਹ ਕਰੂੰਗਾ ਆਹ ਆਰਮੀ ਦੇ ਵਿੱਚ ਹੈਗਾ 2,00,000 ਜਾਣੀ 78,000 ਰੁਪਇਆ ਹੈਗਾ ਜਾਣੀ ਆਹ ਦੇਖੋ ਇਹ ਆ 2,78,000 ਰਿਆਲ ਹੈਗਾ ਜਾਣੀ ਕਿ ਜੇ ਆਪਾਂ ਤੋਂ ਕੋਈ ਬੰਦਾ ਮਰ ਜਾਂਦਾ ਉਹ ਇੰਨਾ ਪੈਸਾ ਕਿਵੇਂ ਮੰਗ ਰਹੇ ਨੇ ਵੀ 1,90,00,000 ਕੋਈ ਮੰਗ ਹੀ ਨਹੀਂ ਸਕਦਾ ਹੱਦ ਜਾਣੀ 3,50,000 ਰਿਆਲ ਤੱਕ ਮੰਗ ਸਕਦਾ ਓਕੇ ਅਤੇ ਉਹ ਇੰਨਾ ਪੈਸਾ ਕਿਉਂ ਮੰਗ ਰਹੇ ਨੇ ਤਾਂ ਉਹਨਾਂ ਨੂੰ ਇਹ ਆਪਣੀ ਹੈਗੀ ਆ ਵੀ ਜਿਹੜੇ ਵੀ ਉਹਨਾਂ ਨੂੰ ਹੈਗੇ ਆ ਵੀ ਉਹਨਾਂ ਕੋਲ ਵੀ ਸਾਨੂੰ ਹਕੂਮਤ ਦਾ ਵਰਕਾ ਦਿਓ ਹਕੂਮਤ ਦਾ ਵਰਕਾ ਦਿਓ ਜਿਹੜਾ ਤੁਹਾਨੂੰ ਜੱਜ ਜਾਂ ਜਿਹੜੇ ਆਪਣੇ ਜੱਜ ਲਿਖਦੇ ਨੇ ਜਾਂ ਸੇਖ ਇੱਥੇ ਸੇਖ ਕਹਿ ਦਿੰਦੇ ਨੇ ਵੀ ਉਹ ਲਿਖਦੇ ਨੇ ਉਹ ਵਰਕਾ ਦਿਓ ਸਾਨੂੰ ਉਹ ਵਰਕਾ ਵੀ ਉਹਦੇ 'ਤੇ ਕਿੰਨੇ ਪੈਸੇ ਲਿਖੇ ਨੇ ਅਸੀਂ ਉਨੇ ਪੈਸੇ ਤੁਹਾਨੂੰ ਦੇ ਦਿਆਂਗੇ 1,90,00,000 ਦਾ ਤਾਂ ਕਿਸੇ ਬੰਦੇ ਦਾ ਵੀ ਪੈਸਾ ਨਹੀਂ ਬਣਦਾ ਅਤੇ ਬਾਕੀ ਆਪਣੇ ਇਹਨੂੰ ਨਿਜ਼ਾਮ ਜ਼ਿਆਦਾ ਪਤਾ ਬਾਈ ਨੂੰ ਆਪਣੇ ਨੂੰ ਇਹਨੂੰ ਅਰਬੀ ਆਉਂਦੀ ਆ ਲੇਕਿਨ ਉਹ ਕਹਿੰਦਾ ਵੀ ਜਿਹੜਾ ਵੀ ਹੈਗਾ ਵੀ ਜੇ ਕਤਲ ਹੋ ਵੀ ਜਾਂਦਾ ਸਾਡੇ ਤੋਂ 2,78,000 ਰਿਆਲ ਸਾਊਦੀ ਦਾ ਬਣਦਾ ਤਾਂ ਉਹ ਜ਼ਿਆਦਾ ਨਹੀਂ ਲੈ ਸਕਦੇ ਉਹ ਬੰਦੇ ਦਾ ਸਾਨੂੰ ਹਕਾਮਾ ਨੰਬਰ ਜਾਣੀ ਹਕਮ ਉਹ ਕਹਿੰਦਾ ਵੀ ਜਿਹੜੀ ਜੇਲ ਆ ਉਹਦਾ ਨਾਂ ਹਾਂ ਉਹਦਾ ਜਿਹੜਾ ਹਕਾਮਾ ਜਾਣੀ ID ਕਾਰਡ ਹੁੰਦਾ ਜਿਹੜਾ ਇੱਥੇ ਆ ਕੇ ਬਣਦਾ ਉਹ ਨੰਬਰ ਅਤੇ ਉਹਦਾ ਸਹੀ ਨਾਮ ਸਾਨੂੰ ਦੱਸਿਆ ਜਾਵੇ ਤਾਂ ਕਿ ਅਸੀਂ ਕੱਲ੍ਹ ਨੂੰ ਉੱਥੇ ਪੁਲਿਸ ਵਾਲਿਆਂ ਤੋਂ ਪਤਾ ਕਰ ਸਕੀਏ ਵੀ ਇਹਦੇ ਕਿੰਨੇ ਪੈਸੇ ਨੇ ਕਿੰਨੇ ਪੈਸੇ ਦੇਣੇ ਪੈਣਗੇ ਜਾਣੀ ਕਿ ਕੁਛ ਲੋਕ ਆਪਾਂ ਐਂ ਨਹੀਂ ਚਾਹੁੰਦੇ ਵੀ ਕੁਛ ਲੋਕ ਇੱਦਾਂ ਹੀ ਪੈਸੇ ਦੇਈ ਜਾਣ 1,90,00,000 ਰੁਪਇਆ ਦੇਈ ਜਾਣ ਉਹ ਕਿਸੇ ਦੇ ਹੋਰ ਅਕਾਊਂਟ 'ਚ ਜਾਣ ਉਹਨੂੰ ਪਤਾ ਨਹੀਂ ਹੈਗਾ ਵੀ ਉਹ ਕਹਿੰਦਾ ਵੀ 3,00,000 ਤੋਂ ਜ਼ਿਆਦਾ ਉੱਤੇ ਨਹੀਂ ਹੈਗਾ ਅਸੀਂ ਕੱਲ੍ਹ ਨੂੰ ਪਤਾ ਕਰ ਦਿਆਂਗੇ ਜੇ ਉਹਦਾ ID ਨੰਬਰ ਜਿਹੜਾ ਹੁੰਦਾ ਜਿਵੇਂ ਆਪਣੇ ਕੋਈ ਵੀ ਆਪਾਂ ਵੋਟ ਕਾਰਡ ਬਣਾਉਂਦੇ ਉਹਦੇ ਆਪਣਾ ਇੱਕ ਨੰਬਰ ਹੁੰਦਾ ਲਿਖਿਆ ਹੋਇਆ ਉੱਦਾਂ ਦਾ ਨੰਬਰ ਹੋਵੇ ਅਤੇ ਉਹਦਾ ਕੋਈ ਆਪਣਾ ਕਿਹੜੀ ਕੰਪਨੀ ਆ ਕਿਹੜੀ ਜੇਲ੍ਹ 'ਚ ਜੇ ਕਿਸੇ ਨੂੰ ਇੱਦਾਂ ਦਾ ਪਤਾ ਹੈ ਤਾਂ ਅਸੀਂ ਪਤਾ ਕਰਕੇ ਤੁਹਾਨੂੰ ਜ਼ਰੂਰ ਦੱਸਾਂਗੇ ਸਾਡੇ ਵਾਰੀ ਉਹ ਤਾਂ ਇਹ ਮਦਦ ਹੈ ਇੱਕ ਮੇਰਾ ਵੀਰ ਆਇਆ ਸੀਗਾ ਆਪਣੇ ਮੇਰੇ ਦੋਸਤ ਹੈਗਾ ਸਾਊਦੀਆ ਤੋਂ ਅਤੇ ਆਏ ਸੀਗੇ ਮੇਰੇ ਕੋਲ ਅਤੇ ਆਪਾਂ ਇਹਨਾਂ ਨਾਲ ਗੱਲ ਕੀਤੀ ਵੀ ਐਂ ਕਰਕੇ ਆਹ ਪ੍ਰੋਬਲਮ ਆ ਅਤੇ
ਅਸੀਂ ਕਹਿੰਦੇ ਹਾਂ ਵੀ ਵੀਰ ਨੂੰ ਕੋਈ ਇਸ ਦੀ ਮੌਤ ਦੀ ਸਜ਼ਾ ਨਾ ਹੋਵੇ, ਤੇ ਪੈਸੇ ਜਿਹੜੇ ਹੈਗੇ ਆ ਘੱਟ ਤੋਂ ਘੱਟ ਦੇ ਦੇਣੇ। ਜਿਹੜੇ ਮਿਸਰੀ ਲੋਕ ਹੁੰਦੇ ਨੇ ਬਹੁਤ ਲਾਲਚੀ ਹੁੰਦੇ ਨੇ, ਇਹਦਾ ਮੈਂ ਸਰੀਮਾ ਵੀ ਕੁਛ ਮੈਂ ਮਿਸਰੀ بزياده عن طلباته هو، لازم المحكمه تطلب كم الديه، كم المبلغ المطلوب، هو الرجال ما اعطاهم المبلغ المطلوب. او كندا بي كنے پیسے واسطے تھانو مطلوب کیتا گیا، تھانو بند کیتا گیا، بھی او پیسیاں دے وچ تھانو حکومت نے پیسے جا جڑے جج اونے پیسے ڈیسائیڈ کرنے نے، نہ کہ او مصری نے کرنے نے جا مصری دے گھر والے نے کرنے نے۔ اے ساڈی اک بینتی آ، ਅਤੇ ਅਸੀਂ ਫਿਰ ਵੀ ਥੋੜ੍ਹੀ ਜੋ ਵੀ ਹੈਲਪ ਹੋਊਗੀ ਕਰਾਂਗੇ ਜਿੰਨੀ ਵੀ ਹੋ ਸਕੀ। ਇਹ ਨਹੀਂ ਵੀ ਪੈਸਿਆਂ ਕਹਿੰਦੇ ਉਹ ਬੰਦਾ ਰਹਿ ਜੂਗਾ, 1,90,00,000 ਕਹਿੰਦੇ ਉਹ ਵੀ ਨਹੀਂ ਰਹਿੰਦਾ। ਅਸੀਂ ਸਾਰੇ ਹੈਲਪ ਕਰਾਂਗੇ ਜਿੰਨੀ ਵੀ ਹੋ ਸਕੀ, ਪਰ ਐਂ ਆ ਵੀ ਉਹਨਾਂ ਨੂੰ ਕਹਿਣਾ ਵੀ ਹਾਂ ਉਹ ਕਹਿੰਦਾ ਵੀ ਗਿੰਨੀ ਉੱਥੋਂ ਦੇ ਗਏ ਮਿਸਰ ਦੇ ਗਿੰਨੀ ਰਿਆਲ ਨੇ, ਗਿੰਨੀ ਰਿਆਲ ਨੇ ਵੀ ਕਿੰਨੇ ਪੈਸੇ ਗਿੰਨੀ ਰਿਆਲ ਉਹਨਾਂ ਨੇ ਲਿਖੇ ਨੇ। ਉਹ ਕਹਿੰਦਾ ਵੀ ਜਿੰਨੇ ਵੀ 3,00,000 ਤੋਂ ਉੱਤੇ ਹੈ ਨੀ ਗਾ ਵੀ ਸਾਤੋਂ ਜੇ ਮੌਤ ਹੋ ਵੀ ਗਈ ਆ ਕਿਸੇ ਅਚਾਨਕ ਕਿਸੇ ਵੀ ਗੱਲਬਾਤ ਦੇ ਵਿੱਚ, ਤੇ ਜਾਣੀ ਇਦੋਂ ਬਾਅਦ ਜੇ ਕੋਈ ਉਹ ਪੈਸਾ ਮੰਗਦੇ ਨੇ ਜ਼ਿਆਦਾ ਤਾਂ ਸਾਨੂੰ ਜੱਜ ਜਾਣੀ ਇੱਥੋਂ ਸਿੱਖ ਇਹਨਾਂ ਸੱਜਣ ਮੀਨ ਸਜ਼ਾ ਸਜ਼ਾ سجن مين سجا دما اي اي مكان سجن هو مين مين كلام انا سجن هذا كده كم كم سيك سيك سجن جج جج سيك نعم سيك سيك هو مسلم اوكي كله سجن واحد ايوه ما في سجن كده كده وفي دما كل نفر موجود هو موت دما هو دما ايوه هو سجن دما ਉਹ ਕਹਿੰਦਾ ਵੀ ਜਿੰਨੇ ਵੀ ਜਿੱਥੇ ਵੀ ਸਜ਼ਾ ਹੁੰਦੀ ਹੈ ਉੱਥੋਂ ਦਾ ਉਹ ਬੰਦਾ ਲਿਖ ਕੇ ਦਿੰਦਾ। ਹਾਂ ਉਹਦਾ ਨੰਬਰ ਹਕਾਮਾ ਜਿਹੜੇ ਪਤਾਕਾ ਲਿਖਿਆ ਜਾਂਦਾ ਹੈ ਉਹ ਹੁੰਦਾ, ਅਤੇ ਬਾਕੀ ਜਿਹੜਾ ਵੀ ਹੁੰਦਾ ਆਪਣਾ ਜਿੰਨੇ ਪੈਸੇ ਲਿਖੇ ਜਾਂਦੇ ਆ ਉਹ ਗਿੰਨੀ ਉਹ ਮਿਸਰ ਦੇ ਗਿੰਨੀ ਰਿਆਲ ਨੇ, ਆਪਣੇ ਦੁਬਈ ਦੇ ਦਰਾਮ ਨੇ ਅਤੇ ਸਾਊਦੀ ਦੇ ਰਿਆਲ ਨੇ। بوليس اي مركز شرطه هو فين موجود هو هذا نمبر هذا اسم هو كلام هو النمبر فين سجل اه او كندا بھی جتھے بھی او بندہ ہےگا جے کوئی اودی آئی ڈی وی کتے ہےگی یا کوئی تھوڑے کولے تھوڑے پروف ہےگا بھی او کتھے بندہ بند ہے تے جانی اپنا ਉਹਦਾ ਕੀ ਆਈ ਡੀ ਨੰਬਰ ਹੈ ਜਾਂ ਕੀ ਕਿਵੇਂ ਵੀ ਆ ਉਹ ਬੰਦਾ ਸਾਡੇ ਤੁਹਾਨੂੰ ਜ਼ਰੂਰ ਦੱਸੋ, ਅਸੀਂ ਜਿੰਨੀ ਹੈਲਪ ਹੋ ਸਕੀ ਉਨੀ ਕਰਾਂਗੇ। ਅਤੇ ਆਪਣੇ ਇੱਦਾਂ ਨਹੀਂ ਹੈਗਾ ਵੀ ਸਾਰੇ ਮੁਸਲਮਾਨ ਮਾੜੇ ਹੁੰਦੇ ਨੇ, ਕੁਛ ਲੋਕ ਚੰਗੇ ਵੀ ਹੁੰਦੇ ਨੇ, ਇੱਦਾਂ ਆਪਾਂ ਨੂੰ ਨਹੀਂ ਸੋਚਣਾ ਚਾਹੀਦਾ। ਬੰਦੇ ਬਹੁਤ ਚੰਗੇ ਵੀ ਹੈਗੇ ਨੇ, ਮਾੜੇ ਵੀ ਹੈਗੇ ਨੇ, ਅਤੇ ਆਪਾਂ ਉਹ ਵੀਰ ਦੀ ਹੈਲਪ ਕਰੀਏ ਜਿੰਨੀ ਹੋ ਸਕੇ। ਤੁਸੀਂ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਉਹਨਾਂ ਤੱਕ ਪਹੁੰਚਾਓ, ਸਾਨੂੰ ਕੋਈ ਆਈ ਡੀ ਨੰਬਰ ਦਿਓ ਅਤੇ ਆਪਣਾ ਜਾਂ ਅਸੀਂ ਉਹਦਾ ਪਤਾ ਕਰ ਸਕੀਏ ਵੀ ਬਾਈ ਕਿੰਨੇ ਪੈਸੇ ਨੇ ਅਤੇ ਕਿੰਨੀ ਸਜ਼ਾ, ਕੀ ਹਿਸਾਬ ਕਿਤਾਬ ਹੈ। ਇਹ ਮੇਰਾ ਵੀਰ ਆਪਣੀ ਮਦਦ ਕਰੂਗਾ ਜਿੰਨੀ ਹੋ ਸਕੇ, ਸਾਡਾ ਜਿੰਨਾ ਵੀ ਸਾਡੇ ਕੋਲ ਹੈਗਾ ਅਸੀਂ ਕਰ ਸਕੀਏ, ਅਤੇ ਆਪਣਾ ਜਿੰਨੀ ਵੀ ਹੈਲਪ ਹੋ ਸਕੇ ਉਹਨੀ ਕਰ ਸਕੀਏ। ਵੀ ਆਪਾਂ ਵੀਰ ਦੀ ਜ਼ਿੰਦਗੀ ਬਚਾਉਣੀ ਆ, ਇਹ ਵੀ ਵਿਚਾਰੇ ਇਨਸਾਨ ਨੇ, ਸਾਡੇ ਨਾਲ ਖੜਦੇ ਨੇ, ਸਾਡੇ ਵਧੀਆ ਬੰਦੇ ਨੇ ਅਤੇ ਨਾਈਸ ਇਨਸਾਨ ਨੇ। ਸਾਡੇ ਇੰਡੀਆ ਦੇ ਮੁਸਲਮਾਨ ਵੀ ਬਹੁਤ ਵਧੀਆ ਨੇ, ਅਸੀਂ ਸਾਰੇ ਬੰਦਿਆਂ ਨਾਲ ਕਹਿੰਦੇ ਹਾਂ ਵੀ ਸਾਰੇ ਕਿਸੇ ਵੀ ਬੰਦੇ ਦੀ ਇੱਦਾਂ ਕੋਈ ਚਲੋ ਐਕਸੀਡੈਂਟ ਡੈਥ ਹੋ ਜਾਂਦੀ ਹੈ ਜਾਂ ਸਾਡੇ ਤੋਂ ਆਪਦੇ ਬਚਾਅ ਖਾਤਰ ਕੋਈ ਬੰਦਾ ਮਰ ਜਾਂਦਾ ਤਾਂ ਹੁਣ ਕੁਛ ਕਹਿ ਤਾਂ ਸਕਦੇ ਹੀ ਹੈਗੇ ਵੀ ਕੀ ਹੋ ਸਕਦਾ, ਲੇਕਿਨ ਫਿਰ ਵੀ
ਆ ਸਾਡੀ ਵੀਡੀਓ ਜ਼ਰੂਰ ਸ਼ੇਅਰ ਕਰੋ। ਮੇਰਾ ਵਟਸਐਪ ਨੰਬਰ ਹੈਗਾ 9804000097। ਉਹ ਕਰਨਾ ਚਾਹੀਦਾ ਅਤੇ ਸਾਡੀ ਜਾਨੀ ਕਿ ਜਿੰਨਾ ਕੁ ਹੈਗਾ ਵੀ ਤੁਸੀਂ ਆਪਣਾ ਸੋਰੀ ਫੋਨ ਡਿੱਗਿਆ ਸੀਗਾ ਵੀ ਅਸੀਂ ਜਿੰਨੀ ਹੈਲਪ ਹੋ ਸਕੀ ਜਿੰਨੇ ਸਾਡੇ ਕੋਲ ਪੈਸਿਆਂ ਕ ਨਹੀਂ ਉਹ ਹੋ ਸਕੀ ਜਿੰਨੇ ਅਸੀਂ ਸਾਡੇ ਬੰਦੇ ਜੋੜਨਗੇ ਕਿਸੇ ਦੇ ਅਕਾਊਂਟ ਦੇ ਵਿੱਚ ਇੱਦਾਂ ਪੈਸੇ ਨਾ ਪਾਓ ਤਾਂ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਇਹ ਵਰਕਾ ਜ਼ਰੂਰੀ ਆ ਜਿਹਦੇ ਉੱਤੇ ਲਿਖਿਆ ਹੋਇਆ ਉਹ ਕਹਿੰਦਾ ਵੀ ਜਿੰਨਾ ਵੀ ਜਿਹੜਾ ਵੀ ਵਰਕਾ ਲਿਖਿਆ ਹੋਇਆ ਹਕੂਮਤ ਦਾ ਵੀ ਕਿੰਨੇ ਪੈਸਿਆਂ ਦਾ ਲਿਖਿਆ ਹੋਇਆ ਲਾਜ਼ਮ ਜਿਹੜਾ ਜੱਜ ਦਾ ਵਰਕਾ ਲਿਖਿਆ ਹੋਇਆਗਾ ਉਹ ਵਰਕਾ ਤੇ ਉਹ ਬੰਦੇ ਦੀ ਆਈ ਡੀ ਨੰਬਰ ਤੇ ਜੋ ਵੀ ਉਹਦੇ ਕੋਲ ਜਿਹੜੀ ਵੀ ਜੇਲ੍ਹ ਦੇ ਵਿੱਚ ਉਹ ਬੰਦਾ ਉਹ ਬੰਦੇ ਦਾ ਸਾਨੂੰ ਥੋੜਾ ਜਿਹਾ ਪਰੂਫ ਦਿੱਤਾ ਜਾਵੇ ਅਸੀਂ ਤਾਂ ਕਿ ਪਤਾ ਕਰ ਸਕੀਏ ਸਾਡੇ ਇਹ ਬੰਦੇ ਦਾ ਹੈਗਾ ਮੇਰੇ ਦੋਸਤ ਦਾ ਬਈ ਹੈਗਾ ਆਪਣਾ ਕੋਈ ਬੰਦਾ ਹੈਗਾ ਅਸੀਂ ਪਤਾ ਕਰਕੇ ਗਾਹਾਂ ਤੁਹਾਨੂੰ ਦੱਸੀਏ 1,90,00,000 ਦਾ ਬਣਦਾ ਹੀ ਨਹੀਂ ਤੇ ਕੰਮ ਯਾਨੀ ਇਹ ਕਹਿੰਦਾ ਵੀ 3,00,000 ਸਾਊਦੀ ਰਿਆਲ ਬਣਦਾ ਜੇ ਆਪਾਂ ਤੋਂ ਗਲਤੀ ਨਾ ਹੋ ਬੰਦਾ ਮਰ ਵੀ ਗਿਆ ਜਾਂ ਕਿਵੇਂ ਵੀ ਆ ਉਹ ਤੋਂ ਜੇ ਉਹ ਜਿੱਦ ਵੀ ਕਰਨ ਤਾਂ ਹੱਦ ਯਾਨੀ ਕੰਮ ਦਾ ਕੰਮ ਸਭ ਕਿਤਾ ਖਮਸਾ ਵੀ ਆਖਰ 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 ਅਸੀਂ ਤੁਹਾਨੂੰ ਤਰਜਮਾ ਵੀ ਇਹਦੇ ਤੇ ਕਰਕੇ ਅਸੀਂ ਫਿਰ ਵੀ ਤੁਹਾਨੂੰ ਕੁਛ ਅਰਬੀ ਦੇ ਵਿੱਚ ਵੀ ਟ੍ਰਾਂਸਲੇਟ ਪਾ ਦਿਆਂਗੇ ਤੇ ਇੰਗਲਿਸ਼ ਵੀ ਪਾ ਦਿਆਂਗੇ ਜਿੰਨੀ ਵੀ ਹੋ ਸਕੇ ਅਸੀਂ ਹੈਲਪ ਕਰਾਂਗੇ ਸਾਨੂੰ ਆਪਾਂ ਕੋਈ ਉਹ ਨਹੀਂ ਕਰਨਾ ਹੈਗਾ ਚਾਹੇ ਕੋਈ ਆਪਣੇ ਓਕੇ ਆਹ ਥੋੜ੍ਹਾ ਜਿਹਾ ਪੰਜਾਬੀ 'ਚ ਬਾਈ ਨੇ ਤਰਜਮਾ ਕਰਕੇ ਦਿੱਤਾ ਅਤੇ ਜੇ ਪੜ੍ਹ ਸਕਦੇ ਹੋ ਤਾਂ ਪੜ੍ਹ ਸਕਦੇ ਹੋ ਅਤੇ ਫਿਰ ਵੀ ਆਪਾਂ ਇਹਨਾਂ ਨੂੰ ਨਾਲ ਲੈ ਕੇ ਜੋ ਵੀ ਜਿੰਨਾ ਵੀ ਹੋ ਸਕਿਆ ਉਨੀ ਹੈਲਪ ਕਰਾਂਗੇ ਵੀ ਆਹ ਦੇਖ ਲਓ ਤੁਸੀਂ ਪੰਜਾਬੀ ਦੇ ਵਿੱਚ ਵੀ ਲਿਖਿਆ ਵਾ ਅਤੇ ਉਹਨਾਂ ਨੇ ਅਰਬੀ ਦੇ ਵਿੱਚ ਟ੍ਰਾਂਸਲੇਟ ਕਰਕੇ ਦਿੱਤੀ ਆ ਅਤੇ ਕੋਈ ਸਾਨੂੰ ਕਮੈਂਟ ਹੋਰ ਥੋੜ੍ਹੇ ਜਿਹਾ ਟ੍ਰਾਂਸਲੇਟ ਕਰਦੇ ਨੇ ਫਿਰ ਵੀ ਜੋ ਵੀ ਹੈਗਾ ਇਹ ਸਾਡੀ ਹੈਲਪ ਕਰਨਗੇ ਮੇਰੇ ਭਰਾ ਨੇ ਆਪਣੇ ਵਧੀਆ ਇਨਸਾਨ ਨੇ ਅਤੇ ਜਿੰਨੇ ਵੀ ਹੋ ਸਕੀ ਬਾਕੀ ਸਾਰੇ ਲੋਕਾਂ ਨੂੰ ਮਦਦ ਕਰਨੀ ਚਾਹੀਦੀ ਹੈ ਜਿੰਨੇ ਵੀ ਆਪਣੇ ਪਾਕਿਸਤਾਨ ਇੰਡੀਆ ਅੱਛਾ ਇਹਨਾਂ ਨੇ ਇਹ ਲਿਖਿਆ ਵੀ ਇੱਥੇ ਕਿਸੇ ਵੀ ਧਰਮ ਦਾ ਕੋਈ ਇੱਦਾਂ ਦੀ ਗੱਲਬਾਤ ਨਹੀਂ ਹੈਗੀ ਵੀ ਸਾਰੇ ਧਰਮਾਂ ਨਾਲ ਨਿਆਂ ਕੀਤਾ ਜਾਂਦਾ ਹੈ ਆਹ ਪੰਜਾਬੀ ਦੇ ਵਿੱਚ ਸ਼ਾਇਦ ਅੱਖਰ ਪੁੱਠੇ ਹੋ ਗਏ ਨੇ ਅਤੇ ਆਪਾਂ ਕੱਲ੍ਹ ਨੂੰ ਆਪਾਂ ਇਹਦੀ ਫੋਟੋਕਾਪੀ ਵੀ ਪਾ ਦਿਆਂਗੇ ਵੀ ਜਿਹੜੇ ਵੀ ਨਿਆਂ ਹੈਗੇ ਨੇ ਇੱਥੇ ਲਿਖਿਆ ਥੋੜ੍ਹੇ ਅੱਖਰ ਪੁੱਠੇ ਜਿਹੇ ਜਿਹਦੇ ਨੇ ਸਾਨੂੰ ਵੀ ਚੱਲ ਬੋਲ ਲੈ ਲੈਟ ਬੰਦ ਹੋ ਗਈ ਉਹ ਤਾਂ ਜਿੰਦਾ ਸੀ ਉਹਨੂੰ ਕਹਿ ਰੁਕ ਜਾ ਉਹ ਕਹਿ ਰੁਕ ਜਾ ਉਹਨੂੰ ਕਹਿ ਇੱਕ ਮਿੰਟ ਤੂੰ ਕਹਿ ਤੂੰ ਕਹਿ ਦੇ ਅੱਛਾ ਚਲੋ ਜੀ ਠੀਕ ਹੈ ਉੱਧਰੋਂ ਕੋਈ ਆਪਣੇ ਬੰਦਾ ਆ ਗਿਆ ਸੀਗਾ ਅਤੇ ਮੇਰਾ ਵੀਰ ਆਪਣੇ ਨਾਲ ਹੈ ਜਿਵੇਂ ਵੀ ਜਿੰਨੀ ਵੀ ਹੈਲਪ ਹੋ ਸਕੀ ਸਾਡੇ ਹੋਰ ਕੰਪਨੀਆਂ ਵਾਲੇ ਬੰਦੇ ਵੀ ਹੈਗੇ ਨੇ ਚਲੋ ਹੈਲਪ ਕਰਨਗੇ ਬਾਹਰ ਦੇ ਵੀ ਹੋਰ ਇੱਧਰ ਉੱਧਰ ਦੇ ਅਤੇ ਆ ਜ਼ਰੂਰ ਕਰ ਦਿਓ ਵੀ ਉਹਦਾ ਆਈ ਡੀ ਨੰਬਰ ਕੀ ਆ ਉਹ ਕਿਹੜੀ ਜੇਲ੍ਹ 'ਚ ਬੰਦ ਆ ਬਾਕੀ ਅਸੀਂ ਪਤਾ ਕਰਕੇ ਫਿਰ ਦੱਸਾਂਗੇ ਵੀ ਕਿੰਨੇ ਪੈਸੇ ਆ ਜਿੰਨੀ ਕੋਸ਼ਿਸ਼ ਹੋ ਸਕੀ ਉਨੀ ਕਰਾਂਗੇ ਬਾਕੀ ਹੁਣ ਤੁਹਾਨੂੰ ਵੀ ਪਤਾ ਹੀ ਹੈ ਵੀ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਇੰਨਾ ਪਤਾ ਕਰਨਾ ਤਾਂ
ਹੈ ਨੀਗਾ ਵੀ ਆਪਣੇ ਪੁਲਿਸ ਥਾਣੇ ਵਾਲਾ ਕੰਮ ਤਾਂ ਹੈ ਨੀਗਾ ਵੀ ਚਾਰ ਬੰਦੇ ਲੈ ਕੇ ਚੱਲ ਗਏ, ਚਲੋ ਵੀ ਦੱਸੋ ਵੀ ਆਹ ਕੀ ਹੋ ਗਿਆ ਵੀ ਆਹ ਕੀ ਗੱਲਬਾਤ ਹੈ। ਇੱਥੇ ਅਫਗਾਨੀ ਕੰਟਰੀ ਦੇ ਵਿੱਚ ਕਾਨੂੰਨ ਬਹੁਤ ਸਖਤ ਨੇ ਅਤੇ ਉਸ ਵੀਰ ਵਾਸਤੇ ਸਾਰਿਆਂ ਵਾ ਆਪਾਂ ਕਹਿੰਦੇ ਦੁਆ ਕਰੀਏ ਅਤੇ ਫਿਰ ਵੀ ਅਸੀਂ ਤੁਹਾਨੂੰ ਪਤਾ ਕਰਕੇ ਜ਼ਰੂਰ ਦੱਸਾਂਗੇ, ਜੋ ਹੈਲਪ ਹੋਈ ਉਹ ਵੀ ਕਰਾਂਗੇ। ਠੀਕ ਹੈ ਜੀ, ਅਤੇ ਅਤੇ ਉਹ ਵੀਰ ਕਹਿੰਦਾ ਵੀ ਜਿਹੜੇ ਵੀ ਬੰਦੇ ਬਾਹਰੋਂ ਆਉਂਦੇ ਨੇ ਵੀ ਲੜਾਈ ਝਗੜਾ ਨਾ ਕਰਨ, ਜੋ ਵੀ ਹੈਗਾ ਆਪਦਾ ਜਿੰਨਾ ਵੀ ਕਮਾਉਣ ਆਉਂਦੇ ਨੇ ਕਮਾਉਣ ਖਾਣ, ਅਤੇ ਮੌਜਾਂ ਲੁੱਟ ਲਈ ਕਿਸੇ ਨਾਲ ਲੜਨਾ ਅਤੇ ਕਿਸੇ ਲੜਾਈ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ। ਅਤੇ ਆਪਣਾ ਵੀਰ ਆ ਜਿੰਨੀ ਵੀ ਹੋ ਸਕੀ ਹੈਲਪ ਕਰਾਂਗੇ, ਬਾਕੀ ਇੰਨਾ ਜ਼ਰੂਰ ਦੱਸਣਾ ਵੀ ਹਾਂ ਹਾਂ ਵੀ ਉਹਨਾਂ ਦਾ ਕੋਈ ਕੰਟੈਕਟ ਨੰਬਰ ਹੋਵੇ ਜਾਂ ਕੋਈ ਆਈਡੀ ਨੰਬਰ ਹੋਵੇ ਕਿਹੜੀ ਜੇਲ੍ਹ 'ਚ ਬੰਦਾ, ਜਾਂ ਅਸੀਂ ਕੱਲ੍ਹ ਨੂੰ ਕਿਸੇ ਨੂੰ ਅਤੇ ਅਧਿਕਾਰੀ ਨੂੰ ਪੁੱਛ ਸਕੀਏ, ਕਿਸੇ ਇਹਨਾਂ ਬੰਦਿਆਂ ਨੂੰ ਲੈ ਕੇ ਪੁੱਛ ਸਕਦੇ ਹਾਂ, ਤਾਂ ਜ਼ਰੂਰ ਅਸੀਂ ਵੀ ਹੈਲਪ ਕਰਾਂਗੇ ਜਿੰਨੀ ਹੋ ਸਕੀ, ਅਤੇ ਸਾਰੇ ਜਾਣੇ ਹੈਲਪ ਕਰਾਂਗੇ। ਬਾਕੀ ਪਰਮਾਤਮਾ ਜੋ ਜਿੰਨੀ ਲਿਖੀ ਆ ਉਨੀ ਕਹਿੰਦੇ ਹੁੰਦੇ ਆ ਵੀ ਇਨਸਾਨ ਨੇ ਭੋਗ ਜਾਣੀ ਆ, ਕਿਸੇ ਨੂੰ ਬਚਾਉਣ ਵਾਲਾ ਕੋਈ ਨਹੀਂ, ਕਿਸੇ ਰੁਕਣ ਵਾਲਾ ਕੋਈ ਨਹੀਂ, ਲੇਕਿਨ ਕੋਈ ਨਹੀਂ ਅਕਾਲ ਪੁਰਖ ਰੱਖੂਗਾ ਅਤੇ ਅਕਾਲ ਪੁਰਖੀ ਮਦਦ ਵੀ ਕਰੂਗਾ, ਅਤੇ ਕੋਈ ਪੈਸਿਆਂ ਦੀ ਕੋਈ ਗੱਲ ਨਹੀਂ ਵੀ 1 ਕਰੋੜ 90 ਲੱਖ ਨਹੀਂ ਘਟਾਊਗਾ, ਉਹ ਵੀ ਹੋ ਜੂਗਾ, ਲੇਕਿਨ ਲਾਜ਼ਮੀ ਇਹ ਆ ਵੀ ਜਿਹੜਾ ਆਪਣੇ ਸਰਕਾਰ ਕਰੀਓ ਵਰਕਾ ਜਾਣੀ ਜੱਜ ਕਰੀਓ ਜੋ ਵਰਕਾ ਪੇਪਰ ਹੈਗਾ ਵੀ ਉਹ ਕਿੰਨਾ ਅਲਾਓ ਕਿਹਾ ਗਿਆ ਕੀਤਾ ਗਿਆ, 3 ਲੱਖ ਜਿਹੜਾ ਰਿਆਲ ਹੈ ਸਾਊਦੀ ਉਹੀ ਅਲਾਓ ਕੀਤਾ ਗਿਆ, ਇੱਥੇ ਇਸ ਤੋਂ ਜ਼ਿਆਦਾ ਕੋਈ ਅਲਾਓ ਨਹੀਂ ਕੀਤਾ ਗਿਆ। ਫਿਰ ਵੀ ਜੇ ਤੁਹਾਨੂੰ ਕੋਈ ਲੱਗੇ ਤਾਂ ਕੋਈ ਫੋਟੋ ਕਾਪੀ ਪਾ ਦਿਆਂਗੇ, ਸਾਡਾ ਬਟਨ ਦਾ ਸਭ ਨੰਬਰ ਹੈਗਾ 9804000097, ਅਤੇ ਇਹਦੇ 'ਤੇ ਵਟਸਐਪ ਕਰ ਸਕਦੇ ਹੋ, ਕੋਈ ਵੀ ਸਾਡੇ ਵਾਸਤੇ ਕੋਈ ਜਾਣਕਾਰੀ ਦੇ ਸਕੋ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਊਗੀ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਨਾ ਅਸੀਂ ਜੀ ਕੋਈ ਆਪਣੇ ਵੀ ਫੇਮਸ ਹੋਣਾ ਹੈ, ਫਿਰ ਵੀ ਉਹ ਵੀਰ ਭਰਾ ਵਾਸਤੇ ਅਸੀਂ ਬੇਨਤੀ ਅਰਦਾਸ ਜੋ ਵੀ ਸਾਡੇ ਕੋਲੋਂ ਸਰੂ ਕਰਾਂਗੇ, ਜੋ ਸਾਡੇ ਕੋਲ ਹੈਲਪ ਕਰੂਗੀ, ਇੰਨੇ ਰਹੀਸ ਤਾਂ ਅਸੀਂ ਵੀ ਹੈ ਨਹੀਂ ਵੀ ਜੋ ਇੰਨੀ ਕੋਈ ਕਰ ਸਕੀਏ, ਜਿੰਨੀ ਕੁ ਸਰਦਾ ਹੋਊਗੀ ਸਾਰੇ ਰਲ ਮਿਲ ਕੇ ਕਰ ਸਕੀਏ, ਇੰਨੇ ਲੋਕ ਦੁਨੀਆਂ ਕੋਲ ਪੈਸੇ ਪਏ ਨੇ ਮਦਦ ਵੀ ਕਰ ਸਕਦੇ ਨੇ, ਕੋਈ ਏਡੀ ਵੱਡੀ ਹੈ ਨਹੀਂ ਕਿ ਵੀ ਐਂ ਨਹੀਂ ਹੈਗਾ ਵੀ ਸਾਡੇ ਪੰਜਾਬ 'ਚ ਪੈਸਾ ਹੈ ਨਹੀਂ ਗਾ ਜਾਂ ਸਾਡੀ ਦੁਨੀਆਂ 'ਚ ਪੈਸਾ ਨਹੀਂ ਗਾ, ਬਾਕੀ ਸਾਰੇ ਹਿੰਦੂ ਮੁਸਲਿਮ ਜੋ ਵੀ ਸਿੱਖ ਭਰਾ ਹਿੰਦੂ ਜੋ ਵੀ ਰਲ ਮਿਲ ਕੇ ਰਹਿਣ, ਸਾਡੀ ਇਹੀ ਬੇਨਤੀ ਆ ਵੀ ਕੋਈ ਗੱਲ ਨਹੀਂ ਚੜ੍ਹਦੇ ਲੈਂਦੇ ਰਹਿੰਦੇ ਨੇ, ਬੜੀ ਮਿਹਰਬਾਨੀ ਜੇ ਹੋ ਸਕੇ ਤਾਂ ਵੀਰ ਵਾਸਤੇ ਮਦਦ ਵਾਸਤੇ ਸਾਨੂੰ ਕੋਈ ਵੀ ਕੋਈ ਇਨਫੋਰਮੇਸ਼ਨ ਹੋਵੇ ਜ਼ਰੂਰ ਦਿਓ, ਅਸੀਂ ਤੁਹਾਡੀ ਇਨਫੋਰਮੇਸ਼ਨ ਨੂੰ ਸਰਕਾਰ ਤੱਕ ਵੀ ਲੈ ਕੇ ਜਾਵਾਂਗੇ ਇੱਥੋਂ ਦੀ ਤੱਕ, ਅਤੇ ਆਪਾਂ ਜੋ ਵੀ ਹੋਇਆ ਉਹਨਾਂ ਕਰਾਂਗੇ। ਠੀਕ ਹੈ ਜੀ, ਐ ਨਹੀਂ ਹੈਗਾ ਵੀ ਆਪਣੇ ਤੇ ਸਾਰੇ ਬਾਈ ਦੇ ਹੈਗੇ, ਕੋਈ ਚੰਗੇ ਬੰਦੇ ਵੀ ਹੈਗੇ ਨੇ ਸਾਡੇ ਇੱਥੇ, ਵੀਰ ਆਇਆ ਸੀਗਾ ਸਾਊਦੀ ਅਰਬ ਤੋਂ, ਇਹਨਾਂ ਨੇ ਸਾਡੀ ਬੜੀ ਇਹਨਾਂ ਨੂੰ ਦੱਸਿਆ ਸੀਗਾ ਵੀ ਆਹ ਗੱਲਬਾਤ ਹੈ, ਅਤੇ ਤੁਸੀਂ ਬੜੀ ਮਦਦ ਕਰਨੀ ਹੈ ਅਤੇ ਵੀਡੀਓ ਸ਼ੇਅਰ ਕਰਨਾ ਉਹਨਾਂ ਤੱਕ ਪਹੁੰਚਾਉਣਾ, ਜੇ ਕੋਈ ਉਹਨਾਂ ਦੇ ਘਰ ਦੇ ਤੱਕ ਪਹੁੰਚਾਓ ਅਤੇ ਸਾਨੂੰ ਕੋਈ ਕੋਈ ਵੀ ਕੰਟੈਕਟ ਉਹਨਾਂ ਦਾ ਆਈਡੀ ਨੰਬਰ ਕੋਈ ਵੀ ਕੁਛ ਵੀ ਹੈ ਸਾਨੂੰ ਜ਼ਰੂਰ ਦਿਓ, ਕਿਹੜੀ ਕੰਪਨੀ ਆ ਕੀ ਨਾਂ ਕੀ ਗੱਲਬਾਤ ਹੈ, ਜੇ ਉਹਨਾਂ ਦੇ ਕੋਲ ਕੋਈ ਪੇਪਰ ਹੈ ਨਹੀਂ ਗਾ ਘਰਦਿਆਂ ਕੋਲ ਤਾਂ ਇੰਨੇ ਪੈਸੇ ਨਹੀਂ ਭਰੇ ਜਾ ਸਕਦੇ, ਅਤੇ ਇਹ ਇੱਥੋਂ ਦਾ ਕਾਨੂੰਨ ਆ ਕਹਿੰਦੇ ਇਹ ਵੀਰ ਜੀ ਨੇ ਕਿਹਾ ਵੀ ਆਪਣੇ ਤੋਂ ਕੋਈ ਕਾਨੂੰਨ ਨਹੀਂ ਹੈਗਾ ਇੱਦਾਂ ਦਾ ਵੀ ਜਿਹੜਾ ਇਹ ਭਰਾ ਜੀ ਥੋੜ੍ਹਾ ਜਿਹਾ ਹਾਲੇ ਤੁਹਾਨੂੰ ਥੋੜ੍ਹਾ ਜਿਹਾ ਤਰਜਮਾ ਬੈਕ ਕੈਮਰਾ ਕਰਕੇ ਦਿਖਾ ਦਿੰਦਾ, ਇੱਕ ਮਿੰਟ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾ ਦਿੰਦਾ, ਆ ਬਾਈ ਕੋਸ਼ਿਸ਼ ਤਾਂ ਬਹੁਤ ਕਰ ਰਹੇ ਨੇ, ਆਹ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਆ ਇਸਲਾਮ ਦੇ ਵਿੱਚ ਗਲਤ ਕਤਲੇਆਮ ਦਾ ਬਦਲਾ ਲੈਣ ਲਈ ਲਾਜ਼ਮੀ ਨਹੀਂ ਗਏ ਪਰ ਖੂਨ ਦੇ ਪੈਸੇ ਦਿੱਤੇ ਦੇ ਕੇ ਅਦਾ ਕੀਤੇ ਜਾਂਦੇ ਹਨ। ਅੱਛਾ ਆ ਇਹਨਾਂ ਨੇ ਤਰਜਮਾ ਕਰਕੇ ਦਿੱਤਾ ਵੀ 3 ਲੱਖ ਰਿਆਲ ਹੀ ਤੋਂ ਵੱਧ ਨਹੀਂ ਹੁੰਦੇ, ਆ ਪੰਜਾਬੀ ਦੇ ਵਿੱਚ ਵੀ ਪੜ੍ਹ ਲਓ ਅਤੇ ਜੋ ਵੀ ਤੁਹਾਨੂੰ
ਗਾਂ ਤੁਹਾਨੂੰ ਕੋਈ ਇਹਦਾ ਅਰਬੀ ਦੇ ਵਿੱਚ ਤਰਜਮਾ ਚਾਹੀਦਾ ਹੋਇਆ ਜਾਂ ਕੋਈ ਤੁਹਾਨੂੰ ਟਰਾਂਸਲੇਟ ਚਾਹੀਦੀ ਹੋਈ ਤੁਸੀਂ ਤੁਹਾਨੂੰ ਜ਼ਰੂਰ ਦੇਵਾਂਗੇ। ਪਰਮਾਤਮਾ ਕਰੇ ਉਸ ਵੀਰ ਦੀ ਜਾਨ ਬਚੇ, ਪਰਮਾਤਮਾ ਉਸ ਮਾਂ ਨੂੰ ਉਹਦਾ ਬੱਚਾ ਮਿਲਾਵੇ, ਤੇ ਜੋ ਵੀ ਹੈਲਪ ਹੋ ਸਕੀ ਸਾਥੋਂ ਅਸੀਂ ਸਾਰੇ ਰਲ ਮਿਲ ਕੇ ਸਾਰੇ ਕਰਾਂਗੇ, ਜੋ ਵੀ ਹੈਲਪ ਹੋ ਸਕੀ ਅਸੀਂ ਕਰਾਂਗੇ, ਜਿੰਨੀ ਵੀ ਹੋ ਸਕੀ ਅਸੀਂ ਹੈਲਪ ਕਰਨ ਦੇ ਵਿੱਚ, ਜਿੰਨੇ ਪੰਜਾਬੀ ਭਰਾ ਜਿੰਨਾ ਵੀ ਹੈਗਾ ਸਾਡਾ, ਕੋਈ ਹਿੰਦੂ ਮੁਸਲਿਮ ਸਿੱਖ ਕੋਈ ਸਿੱਖ ਈਸਾਈ ਦੇ ਵਿੱਚ ਕੋਈ ਵੰਡਿਆ ਨਹੀਂ ਹੈਗਾ, ਸਾਰੇ ਇਸ ਭਰਾ ਦੇ ਨਾਲ ਹਾਂ। ਇਹ ਸਾਡੀ ਵੀਡੀਓ ਸ਼ੇਅਰ ਕੀਤੀ ਜਾਵੇ ਅਤੇ ਜਾਂ ਸਾਨੂੰ ਕੋਈ ਕੰਟੈਕਟ ਨੰਬਰ ਉਹਨਾਂ ਦਾ ਜਾਂ ਕੋਈ ਆਈ ਡੀ ਨੰਬਰ